मेरे को रिकॉर्ड 150 साल पुराना हो गया। तवा उन्हें कहते पत्थर का होंगे सीगा, पहला तो पत्थर दे होंगे सीगे, मगरों पलाट के दे करते उस मतलब गवर्नमेंट ने मगरों पलाट के दया करते उ पत्थर के रिकॉर्ड दुबारे करते उन्होंने पलाट के दया। हुण मेरे को नगेंद्र बीबा दे आ, चांदी राम दे आ, हरचरण गरेवाल दे आ, जादे नगेंद्र बीबा दे आ, दरदार सिंह संधू दे पुरानियां बाजां भी आ मेरे को हैगियां, नायब कोटी घुमियार दे भी हैगे आ। बचपन दे विच अहीं सूईयां लुटदे रहे छिट्टां वालिआं कोलों, लोहे वाली सूई ना अहीं भरदे हुंदे सी, रिकॉर्ड चलाउंदे हुंदे सी, मेरे कोल भी हैगियां लोहे वालिआं सूईयां, उन्हां नाल भी लाउंदा रहा मैं। हुण बहुत मशीनां देतियां, हुण मेरे कोल 2 मशीनां पईआं। ਅੰਮ੍ਰਿਤਸਰੀਆ ਮੁੰਡੇ ਆਵੇ ਹੁਣ ਬਾਲੀਵੁੱਡ 'ਚ ਵੀ ਰੀਮੇਕ ਹੋ ਗਿਆ, ਕਿਹਦਾ ਗਾਣਾ ਸੀ? ਚਾਂਦੀ ਰਾਮ ਦਾ, ਇਹ ਰੰਗੀਲੇ ਦਾ ਅੱਠ ਦਾ ਸੀਗਾ ਜੀ, ਅੰਮ੍ਰਿਤਸਰੀਆ ਮੁੰਡੇ ਆਵੇ ਕੱਚੀਆਂ ਨਾ ਕਲੀਆਂ ਨਾ ਤੋੜ, ਅਤੇ ਇਹ ਚਾਂਦੀ ਰਾਮ ਦਾ ਸੀ, ਲੈ ਜਾ ਛੱਲੀਆਂ ਭਨਾ ਲਈ ਦਾਣੇ ਮਿੱਤਰਾ ਦੂਰ ਦਿਆ। ਨਗਿੰਦਰ ਬੀਬਾ ਦਾ ਸੀ, ਪੱਸੋਂ ਦੀਆਂ ਪਹਿਣ ਕਣੀਆਂ ਮੇਰਾ ਭਿੱਜ ਜੂ ਬਰੀ ਦਾ ਲਹਿੰਗਾ, 10 ਰੁਪਈਏ ਦਾ, 20 ਰੁਪਈਏ ਦਾ, 50 ਰੁਪਈਏ ਦਾ, ਇੰਨੇ ਕੁ ਦਾ ਰਿਕਾਰਡ ਹੁੰਦਾ ਸੀ, ਹੁਣ ਤਾਂ ਰਿਕਾਰਡ ਮਿਲਦੇ ਨੇਗੇ। ਜਿਵੇਂ ਅੱਜ ਕੱਲ੍ਹ ਹੁੰਦਾ ਨਾ ਵੀ ਇੱਕ ਸਿੰਗਰ ਕਹਿੰਦਾ ਮੈਂ ਪਹਿਲੇ ਨੰਬਰ 'ਤੇ, ਦੂਜਾ ਕਹਿੰਦਾ ਮੈਂ ਪਹਿਲੇ ਨੰਬਰ 'ਤੇ, ਤੁਹਾਡੇ ਵੇਲੇ ਕਿਹੜੇ ਵੱਡੇ ਵੱਡੇ ਦਿੱਕਤ ਸੀ? ਸਾਡੇ ਵੇਲੇ ਤਾਂ ਜੀ ਇੱਕ ਜਮਲਾ ਜੱਟ ਹੁੰਦਾ ਸੀਗਾ, ਇੱਕ ਚਾਂਦੀ ਰਾਮ, ਇੱਕ ਹਰਚਰਨ ਗਰੇਵਾਲ, ਇੱਕ ਨਗਿੰਦਰ ਬੀਬਾ, ਬਸ 4 ਗਾਇਕ ਅਸੀਂ ਸੁਣਦੇ ਹੁੰਦੇ ਸੀ। ਸਤਿ ਸ਼੍ਰੀ ਅਕਾਲ, ਟੈਲੀਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਅਤੇ ਮੈਂ ਹਾਂ ਕੁਮਰਜੋਤ ਸਿੰਘ। ਪੁਰਾਤਨ ਸੱਭਿਆਚਾਰ ਅਤੇ ਪੰਜਾਬ ਦੇ ਗਾਣੇ ਤੁਸੀਂ ਅਕਸਰ ਹੀ ਸੁਣੇ ਹੋਣਗੇ, ਅਤੇ ਉਹੀ ਗਾਣੇ ਹੁਣ ਬਾਲੀਵੁੱਡ 'ਚ ਵੀ ਰੀਮੇਕ ਹੋਣੇ ਸ਼ੁਰੂ ਹੋ ਗਏ ਆ, ਜਿਵੇਂ ਕਿ ਅੰਮ੍ਰਿਤਸਰੀਆ ਮੁੰਡੇ ਆਵੇ ਕੱਚੀਆਂ ਕਲੀਆਂ ਨਾ ਤੋੜ। ਹੁਣ ਸਿੰਗਰ ਵੀ ਤੁਹਾਨੂੰ ਉਂਗਲਾਂ 'ਤੇ ਮੇਰੇ ਹਿਸਾਬ ਨਾਲ ਨਾਮ ਵੀ ਉਹਨਾਂ ਦੇ ਯਾਦ ਰਹਿਣਗੇ ਹੋਣਗੇ, ਜਿਵੇਂ ਕਿ ਕੁਲਦੀਪ ਮਾਨਕ ਹੋ ਗਏ, ਨਰਿੰਦਰ ਜੋ ਹੈ ਬੀਬਾ ਹੋ ਗਏ, ਜਮਲਾ ਜੱਟ, ਰਮਲਾ ਜੱਟ, ਅਨੇਕਾਂ ਹੀ ਇਹੋ ਜਿਹੇ ਸਿੰਗਰ ਨੇ। ਪਰ ਗੱਲ ਇਹ ਆਉਂਦੀ ਹੈ ਉਸ ਸਮੇਂ ਦੇ ਸਿੰਗਰ ਆ ਜਦੋਂ ਤਵੇ ਚੱਲਦੇ ਹੁੰਦੇ ਸੀ। ਤਵੇ ਤੁਸੀਂ ਕਹੋਗੇ ਵੀ ਆਹ ਕੀ ਗੱਲ ਕਹਿਤੀ, ਤਵੇ ਉਹਨੂੰ ਤਵੇ ਕਿਹਾ ਜਾਂਦਾ ਸੀ। ਅਕਸਰ ਤੁਸੀਂ ਐਂਟੀਕ ਪੀਸ ਦੇਖਿਆ ਹੋਏਗਾ ਜਿਸ ਦੇ ਉੱਪਰ ਇੱਕ ਸਪੀਕਰ ਲੱਗਿਆ ਹੋਏਗਾ, ਥੱਲੇ ਗੋਲ ਇੱਕ ਸੀਡੀ ਦੀ ਤਰ੍ਹਾਂ ਵੱਡਾ ਜਿਹਾ ਕਹਿ ਸਕਦੇ ਹਾਂ, ਇੱਕ ਸਰਕਲ 'ਚ ਇੱਕ ਪਲੇਟ ਹੁੰਦੀ ਆ ਜੋ ਘੁੰਮਦੀ ਹੁੰਦੀ ਆ, ਉਸਨੂੰ ਤਵਾ ਕਿਹਾ ਜਾਂਦਾ ਸੀ। ਅਤੇ ਹੁਣ ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਸਾਨੂੰ ਅਸੀਂ ਨਿਕਲ ਰਹੇ ਸੀ ਤਾਂ ਸਾਨੂੰ ਬਾਬਾ ਜੀ ਮਿਲੇ ਆ ਜਿਨ੍ਹਾਂ ਨੇ ਲਿਖਿਆ ਪੁਰਾਣੇ ਪੱਥਰ ਦੇ ਰਿਕਾਰਡ ਭਰਾਓ, ਨਾਲ ਨੰਬਰ ਲਿਖਿਆ ਹੋਇਆ। ਮੋਟਰਸਾਈਕਲ ਦੇਖ ਸਕਦੇ ਹੋ ਕਿੰਨੇ ਸੋਹਣੇ ਤਰੀਕੇ ਨਾਲ ਇਹਨਾਂ ਨੇ ਜੋ ਇੱਥੇ ਹੀ ਗਾਣੇ ਪੁਰਾਣੇ ਪੁਰਾਤਨ ਜੋ ਹੈ ਸੁਣਾਉਂਦੇ ਨੇ। ਹੁਣ ਤੁਹਾਨੂੰ ਇੱਕ ਵਾਰੀ ਪੁਰਾਣੇ ਸੱਭਿਆਚਾਰ ਨਾਲ ਰੂਬਰੂ ਕਰਾਉਂਦੇ ਹਾਂ। ਦੇਖ ਸਕਦੇ ਹੋ ਵੀ ਜੋ ਬਾਬਾ ਜੀ ਵੀ ਨੇ ਉਹ ਵੀ ਪ੍ਰੋਪਰ ਜੋ ਹੈ ਕੁੜਤਾ ਪਜਾਮਾ ਪਾਇਆ ਹੋਇਆ, ਪੰਜਾਬੀ ਜੁੱਤੀ ਇਹਨਾਂ ਨੇ ਲਈ ਹੋਈ ਆ, ਅਤੇ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਆਪਣੇ ਬਾਈਕ 'ਤੇ ਹੀ ਇਹਨਾਂ ਨੇ ਜੋ ਉੱਪਰ ਸਪੀਕਰ ਲਾਇਆ ਹੋਇਆ, ਅਤੇ ਇੱਥੇ ਜੋ ਗਾਣੇ ਚੱਲਦੇ ਆ। ਬਾਬਾ ਜੀ ਦੱਸੋਗੇ ਕਿਹੜੇ ਕਿਹੜੇ ਸਿੰਗਰ ਦੇ ਤੁਹਾਡੇ ਕੋਲ ਜੋ ਗਾਣੇ ਪਏ ਆ, ਅਤੇ ਕਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਵੀ ਪੁਰਾਤਨ ਪੱਥਰ ਜੋ ਪੱਥਰ ਹੈ ਉਹਦੇ ਰਿਕਾਰਡ ਜੋ ਹੈ ਤੁਸੀਂ ਇੱਥੋਂ ਲੈ ਸਕਦੇ ਹੋ, ਕਿਹੜੇ ਕਿਹੜੇ ਸਿੰਗਰ ਦੇ ਤੁਹਾਡੇ ਕੋਲ? ਮੈਂ ਤਾਂ ਜੀ ਨਾਂ ਹੀ ਨਹੀਂ ਜਾਣਦਾ, ਬੜਿਆਂ ਦਾ ਤਾਂ ਨਾਂ ਹੀ ਨਹੀਂ ਪਤਾ। ਮੇਰੇ ਕੋਲ ਰਿਕਾਰਡ 150 ਸਾਲ ਪੁਰਾਣਾ ਹੋਊਗਾ। ਅਤੇ ਇਕੱਠਾ ਕਿੱਦਾਂ ਕੀਤਾ? ਮੈਂ ਦੇਖ ਰਿਹਾ ਮੈਂ ਜੀ ਮਤਲਬ ਪਿੰਡਾਂ 'ਚ ਇਕੱਠੇ ਕੀਤੇ ਆ, ਤੁਰ ਫਿਰ ਕੇ ਕਦੋਂ 2 ਮਿਲ ਗਏ, ਕਦੋਂ 4 ਮਿਲ ਗਏ, ਕਦੋਂ 10 ਮਿਲ ਗਏ, ਕਦੋਂ 50 ਮਿਲ ਗਏ, ਕਦੋਂ 100 ਮਿਲ ਗਏ, ਐਂ ਇਕੱਠੇ ਕੀਤੇ ਆ। ਅੱਛਾ, ਤੁਰ ਫਿਰ ਕੇ ਸਾਰਾ ਰਿਕਾਰਡ ਕੀਤਾ, ਜਿਵੇਂ ਹੁਣ ਦੇਖ ਰਹੇ ਹਾਂ ਗੂਗਲ ਤੋਂ ਮਿਲ ਜਾਂਦੇ ਆ, ਇੰਟਰਨੈਟ ਤੋਂ ਮਿਲ ਜਾਂਦੇ, ਉਹ ਨਹੀਂ ਕੀਤਾ ਵੀ ਅਲੱਗ ਅਲੱਗ ਪਾਸੇ ਜਾ ਕੇ ਪਿੰਡਾਂ 'ਚ ਜਾ ਕੇ ਪੱਥਰ ਇਕੱਠਾ ਕੀਤਾ, ਜਿਹਨੂੰ ਪੱਥਰ, ਵੈਸੇ ਉਹ ਤਵਾ ਉਹਨੂੰ ਕਹਿੰਦੇ ਸੀ, ਉਹ ਪੱਥਰ ਦਾ ਹੁੰਦਾ ਸੀਗਾ? ਪਹਿਲਾਂ ਤਾਂ ਪੱਥਰ ਦੇ ਹੁੰਦੇ ਸੀਗੇ, ਮਗਰੋਂ ਪਲਾਟ ਕੇ ਦੇ ਕੱਢਦੇ ਉਸ ਮਤਲਬ ਗੌਰਮੈਂਟ ਨੇ, ਮਗਰੋਂ ਪਲਾਟ ਕੇ ਦਿਆਂ 'ਚ ਕੱਢਦੇ ਉਹੀ ਪੱਥਰ ਦੇ ਰਿਕਾਰਡ ਦੁਬਾਰੇ ਕੱਢਦੇ ਸੀ ਉਹਨਾਂ ਨੇ ਪਲਾਟ ਕੇ ਦਿਆਂ 'ਚ। ਹੋਰ ਵੀ ਸਿੰਗਰਾਂ ਬਾਰੇ ਦੱਸੋ, ਜਦੋਂ ਅਸੀਂ ਆਫ ਦਾ ਕੈਮਰਾ ਗੱਲ ਕਰ ਰਹੇ ਸੀ ਤੁਸੀਂ ਦੱਸ ਰਹੇ ਸੀ ਕਾਫੀ ਸਿੰਗਰ ਜੋ ਨੇ, ਕੋਈ ਝੂਮ ਕੇ ਗਾਉਂਦਾ ਸੀ, ਕੋਈ ਅਲਗੋਜ਼ੀਆਂ ਨਾਲ ਗਾਉਂਦਾ ਸੀ, ਕੋਈ ਤੂੰਬੀ ਨਾਲ ਗਾਉਂਦਾ ਸੀ, ਉਹਨਾਂ ਬਾਰੇ ਵੀ ਦੱਸੋ। ਪਾਕਿਸਤਾਨ ਦੇ ਵੀ ਕਿਸੇ ਸਿੰਗਰ ਦਾ ਤੁਸੀਂ ਨਾਲ? ਇਹ ਪਾਕਿਸਤਾਨ ਦਾ ਮੁਹੰਮਦ ਸ਼ਰੀਫ ਹੋਇਆ ਜੀ, ਉਹ ਨਗੋਜਿਆਂ 'ਤੇ ਗਾਉਂਦਾ ਸੀਗਾ। ਇੱਕ ਨੈਬ ਕੋਟੀ ਘੁਮਿਆਰ ਸੀ, ਉਹ ਵੀ ਨਗੋਜਿਆਂ 'ਤੇ ਗਾਉਂਦਾ ਸੀਗਾ, ਅਤੇ ਇੱਕ ਫਜ਼ਲ ਟੁੰਡਾ ਹੋਇਆ ਸਾਡੇ ਜਗਰਾਉਂ ਦਾ, ਸਦੀਕ ਸੀਗਾ ਉਹ, ਸਭ ਤੋਂ ਪਹਿਲਾਂ ਉਹ ਸਦੀਕ ਹੋਇਆ, ਸਾਡੇ ਬੁੜੇ ਦੱਸਦੇ ਆ ਵੀ ਉਹ ਸਦੀਕ ਗਾਉਂਦਾ ਹੁੰਦਾ ਸੀ ਆਪਣੇ ਜਗਰਾਉਂ ਦਾ ਸੀਗਾ, ਅਤੇ ਫਜ਼ਲ ਟੁੰਡਾ ਸੀਗਾ ਕੋਠਿਆਂ ਦਾ, ਸ਼ੇਰ ਜੰਗ ਦੇ ਕੋਠਿਆਂ ਦਾ, ਇਹ 3 ਗਾਇਕ ਸੀਗੇ, 3 ਮਤਲਬ ਜਗਰਾਉਂ ਦੇ ਵਿੱਚ ਰਹਿੰਦੇ ਸੀ।
अज तो 100-125 साल पहला की गल है, 150 साल हो गया रिकॉर्ड बनिया इन्हों के, तीन सन लिखे हैं मेथों तो लैके लोग बहरले रिकॉर्ड जोड़े रिकॉर्ड से मेरे को पाकिस्तानी सके रिकॉर्ड, वह भी लोग बहरले लैके मेरे को। हूँ मेरे को नगेंद्र बीबा दे आ, चांदी राम दे आ, हरचरण गरेयाल दे आ, जादे नगेंद्र बीबा दे आ, दरदार सिंह संधु दे पुरानियां बाजां भी आ मेरे कोले हैगियां, नायब कोटी घुमियार दे भी हैगे आ, ते एक होया। चलो आ दसो भी तुसी कह दे रहे हो गाने हैगे ने, तुसी इहदे ते गाने बजा के भी सुनांदे हो, लोकां नूं गाने दे किदां रहे हो, की पेन ड्राइव भरियां जां सीडियां भरियां? इह पेन ड्राइवां भरियां होईयां। दिखाओ दिखाओ जरा दर्शकां नूं, दिखाया जावे भी तुसी किहड़ियां पेन ड्राइवां किस तरीके नाल भरियां। पेन ड्राइव तुसी भरी है किदां करे, कंप्यूटर रखे है किदां भरदे हो? इह मेरे कोल मशीन आ जी, मशीन नाल भर लैणा मैं। मशीन किहड़ी मशीन आ जी? चाबी वाली मशीन, बिजली वाली भी आ, चाबी वाली भी आ। चाबी वाली किन्ना टाइम लग जांदा इह गाना भरन? लग ही जांदे जी, दो मिनट एक मिनट तो लग ही जाता है। पत्थर दे रिकॉर्ड नो। अच्छा ये उपर नालों नाल पर्चियां दे उत्ते तुसी नाम भी लिखे हुए ने? उत्ते नाम लिखा लई दिया जी। अगर गल करिए जे पेन ड्राइव है तो दिन दियां किन्नियां को पेन ड्राइव जो ने विक जांदियां ने? एक पेन ड्राइव ते एक पेन ड्राइव दा तुसी रेट किन्ना को रख्या है? ये एक पेन ड्राइव दा कदे 500 दी बेचदे जी, कदे 600 दी, बस आही रेट है। मैनूं शौक बहुत आ जी, मेरे सुने हुए आ। अच्छा। मेरी 64 साल की उम्र हो गई, बचपन दे विच अहीं सूईयां लुटदे रहे छिट्टां वालिआं कोलों, लोहे वाली सूई नाल अहीं भरदे हुंदे सी, रिकॉर्ड चलाउंदे हुंदे सीगे, मेरे कोल भी हैगियां लोहे वालिआं सूईयां, उहनां नाल भी लाउंदा रहा मैं। हुण बहुत मशीनां देतीआं, हुण मेरे को दो मशीनां पईआं। मतलब शौक जो तुहानू शौक सी हुण अगली कह सकदे हो पीढ़ी नूं सुनाना चाहुंदे हो, तां तुसीं इह कर रहे हो वी अगली पीढ़ी। साडे जमाने दे बंदे हैगे जिमीदार हैगे आ, होर बहुत हैगे आ जिहड़े सुणदे आ इहनां नूं रकाटां नूं। मंडियां दे विच मैं जांदा हुणा, मैं घूड़ियां वाली मंडी ते मेरे कैबिनेट अपनी पंजाब दी बणी होई आ, उह मेरी मूवी बणाउंदे आ। अच्छा। उह मगले दिन जिते खेडां आउंदियां उत्थे मेरी फिल्म बणाउंदे आ, उह मेरा सम्मानित करदे आ, पैसे दिंदे आ मैनूं, उह ट्रॉफी भी दिंदे आ मैनूं। साडे घोड़ियां वाली मंडी लगती जगराओं, उत्थे मेरा सम्मानित करदे, उत्थे मेरे फोटो फाटो लाउंदे आ। हुण जिवें असीं नाम पाल रहे आ पढ़ रहे हाँ, जिवें नरेंद्र बीबा, हरचरण गरेवाल, करमजीत तुरी, रंगली रंगीला जट, यमला जट, चांदी राम, इन्हां दे कई याने तां अजकल नाम भी नहीं सुने होणे। हाँ जी, पुराने बंदिआं नूं तां सारिआं नूं पता जी, हुण वाले मुंडिआं नूं नहीं पता गा। कोई गीत होवे जमला जट दा पुराना या नरेंद्र बीबा दा कोई पुराना जिहड़ा फेमस होया होवे, जिवें मैं भी गल कीती शुरुआत च वी अंबरसरिया मुंडे आवे, हुण बॉलीवुड च वी ओह रीमेक हो गया, किहदा गाणा सी? चांदी राम दा, इह रंगीले जट दा सीगा जी, अंबरसरिया मुंडे आवे कच्चियां ना कलियां ना तोड़, ते इह चांदी राम दा सी, लै जा छल्लियां भनाली दाणे मित्रा दूर दिया। नगेंद्र बीबा दा सी, पस्सों दीआं पहिण कणियां मेरा भिज जू बरी दा लहंगा, ते नगेंद्र बीबा दे होर भी रिकॉर्ड सी, पट्टे गए वैरिया नाग लड़वे गया, बहुत रिकॉर्ड नगेंद्र बीबा ने गाए, वह मतलब अपने जिवें कोई भलवान कह दिए रुस्तम हिंद हुई है अपने हिंदुस्तान की, उन्होंने वर्ल्ड मिलया है सुरिंदर कौर नूं, ते उन्होंने दुनिया नूं बहुत सुरिंदर कौर ने गाना गाया सीगा, दूजा ना की लैंदे आ लक हिले मजाजन जांदी दा, वह सुरिंदर कौर का गाणा सीगा, आ गया बनजारा नहीं चढ़ा ला भाभी चूड़ियाँ, हरचरण गरेवाल ना गाए सीगे उन्हें गाने, ਇਹ ਹੋਰ ਬਹੁਤ ਗਾਣੇ ਹੋਇਆ, ਕੁਲਦੀਪ ਮਾਨਕ ਦੇ ਨਾਲ ਸੀਗਾ, ਹੁਣ ਮੈਨੂੰ ਗਾਣੇ ਦਾ ਚੇਤਾ ਨਹੀਂ, ਪਹਿਲਾਂ ਪੱਥਰ ਦਾ ਰਿਕਾਰਡ ਸੀਗਾ, ਉਹ ਹਰਚਰਨ ਗਰੇਵਾਲ ਨਾਲ ਢੋਲਕੀ ਵਜਾਉਂਦਾ ਹੁੰਦਾ ਸੀ, ਮਗਰ ਉਹਨੇ ਸੀਮਾ ਨਾਲ ਰਿਕਾਰਡ ਕੱਢਿਆ ਸੀਗਾ, ਹੁਣ ਮੈਨੂੰ ਛੇਤੀ ਲੱਭਣਾ ਨਹੀਂ, ਮੈਂ ਤੁਹਾਨੂੰ ਲਾ ਕੇ ਸੁਣਾਉਣ ਦਾ ਰਿਕਾਰਡ, ਪੱਥਰ ਦਾ ਸੀ ਉਹ ਪਹਿਲਾਂ ਸਭ ਤੋਂ, ਉਹਨੇ ਉਹ ਕੱਢਿਆ ਸੀ ਰਿਕਾਰਡ ਮਾਨਕ ਨੇ, ਮਗਰ ਉਹਨੇ ਫਿਰ ਰਿਕਾਰਡ ਦਾ ਬਹੁਤ ਕਰਦੇ ਕੱਢਣਾ, ਰੁਮਾਲ ਦੇ ਗਿਆ ਆਪਾਂ ਬਹਿ ਗਿਆ ਬਲੈਤ ਵਿੱਚ ਜਾ ਕੇ, ਦਾਣੇ ਲੱਗਦੇ ਮਖਾਣਿਆਂ ਵਰਗੇ ਨਹੀਂ ਬੰਦ ਤੋਂ ਤੇਰੀ ਜੇਬ ਛਲੇ, ਉਹ ਗੁਲਸ਼ਨ ਕੋਮਲ ਨਾਲ ਗਾਏ ਸੀ ਉਹਨੇ, ਬਹੁਤ ਰਿਕਾਰਡ ਹੋਏ। ਗੱਲ ਦੱਸੋ ਵੀ ਪੱਥਰ ਦੇ ਰਿਕਾਰਡ ਤੁਸੀਂ ਕਹਿ ਰਹੇ ਹੋ, ਅੱਜ ਕੱਲ੍ਹ ਤਾਂ ਬਹੁਤ ਸੁੱਖ ਹੈ ਵੀ ਗਾਣਾ ਆਇਆ ਨੈੱਟ 'ਤੇ ਭਰਿਆ, ਯੂਟਿਊਬ ਚਲਾਈ, ਯੂਟਿਊਬ ਖੋਲ੍ਹ ਲਈ, ਗਾਣਾ ਸੁਣ ਲਿਆ, ਬਸ ਗੱਲ ਖਤਮ। ਉਦੋਂ ਤੁਸੀਂ ਗਾਣੇ ਸੁਣਦੇ ਸੀਗੇ ਵੀ ਪੱਥਰ ਦੇ ਰਿਕਾਰਡ ਕਹਿ ਰਹੇ ਹੋ, ਵੀ ਕਿੱਥੋਂ ਉੱਥੋਂ ਖਰੀਦ ਕੇ ਲਿਆਉਂਦੇ ਸੀ, ਕਿੱਦਾਂ ਚਲਾਉਂਦੇ ਸੀਗੇ, ਉਹ ਮਸ਼ੀਨ ਵੀ ਜਿਹੜੀ ਆ ਜਿਹੜੀ ਆਪਾਂ ਮਸ਼ੀਨ ਵੀ ਦੇਖਦੇ ਸੀ ਸਪੀਕਰ ਉੱਤੇ ਲੱਗਿਆ ਹੁੰਦਾ ਸੀ, ਉਹ ਵੀ ਕਿਸੇ ਕਿਸੇ ਦੇ ਘਰੇ ਹੀ ਹੁੰਦੀ ਹੋਏਗੀ? ਮੈਂ ਤਾਂ ਬਹੁਤ ਵੇਚੀਆਂ ਜੀ, ਮੇਰੇ ਕੋਲ ਬਹੁਤ ਸੀ ਮਸ਼ੀਨਾਂ, ਉਹ ਮੈਂ ਲਿਆਉਣਾ ਖਰੀਦ ਕੇ ਦਿੱਲੀਓਂ, ਇੱਥੇ ਲੋਕ ਮੈਥੋਂ ਲੈ ਜਾਂਦੇ ਆ, ਉਹ ਦਿੱਲੀਓਂ ਭੂਕਣੇ ਜਿਹੇ ਵਾਲੀ ਮਸ਼ੀਨ ਆ, ਪਿੱਤਲ ਦਾ ਧੂਸੂਆ ਲੱਗਾ ਹੋਇਆ, ਉਹ ਐਂ ਲੱਗਾ ਹੋਇਆ, ਉਹਦੇ ਉੱਤੋਂ ਦੀ ਆਵਾਜ਼ ਆਉਂਦੀ ਆ, ਉੱਤੇ ਉਹਦਾ ਸੋਨ ਬਖਸ਼ ਆ, ਤਾਂ ਉਹਦੇ ਸਪੀਕਰ ਲੱਗਾ ਹੋਇਆ, ਉਹਦੇ ਵਿੱਚ ਦੀ ਆਵਾਜ਼ ਆਉਂਦੀ ਆ।
नहीं मैं कह रहा भी उस समय लोग यह सोचना चाहते भी तवे लिया कितों की जी थी कैसटा भी कह सकते हैं वह किधरों मिलदिया सी किन्ने दी एक मिलती सी और सीगा जी उस टाइम 10 रुपये का 20 रुपये का 50 रुपये का इन्ने का रिकॉर्ड हुंदा सी हुण तां रिकॉर्ड मिलते नहीं गे उदो बहुत मतलब सस्ते सीगे पेटियां दीआं पेटियां आउंदियां सीगियां MHMB कंपनी बनाउंदी सीगी ट्रकां दे ट्रक लद के आउंदे मर्सरी गड्डियां आउंदियां सी उहनां दे विच उह पेटियां बणियां बणाईआं आउंदियां कैल दी लक्कड़ लगी होंदी सी उहनां दे विच बक्से बंद बना के रिकॉर्ड भर के भेज दिंदे सीगे ते इक मतलब उह तवे च इक रिकॉर्ड हुंदा सी 10-12 हुंदे सी की सिस्टम हुंदा सी लोकां नूं दस्सो जरा पहला जिहड़ा रिकॉर्ड इक हुंदा सीगा पत्थर का रिकॉर्ड उहदे विच इक रिकॉर्ड उधर हुंदा सी इक उधर दो रिकॉर्ड ही हुंदे सी सिर्फ दो ही मगरों फिर पत्थर के रिकॉर्डा च भी 2-3 आने लग गए थे एक पासे 2 आने लग गए एक पासे 1 मगरों फिर पलाठ के कढ़ते जो मानक होनी गाउन लगे उदो 10-12 रिकॉर्ड मतलब मानक होना ने कलियां कढ़तियां किसी 8 आ गए किसी 10 आ गए फिर कंपनी ने मतलब 6-6, 8-8 रिकॉर्ड सारी कंपनी ने जो पत्थर से पलाठ के रिकॉर्डा च पाते इस तरह होया मतलब सीधा कह सकते हैं भी अजकल तो अजोका युग आ गया GB वध गया GB च मैमरी भरी जाती है पता नहीं की है 100 TB इदा उदो 5-5, 6-6 गाने करके भरे जाते ओ आए हैं जी कला कला रिकॉर्ड ही भर हुंदा सी भरते कितने से सुनने वास्ते हुंदे सी जी वह खूह से अं लाते रहे हैं मतलब एक पासे हल्ट हकी जाना एक पासे मशीन थले धर लेनी तो चाबी भरी जानी एक बंदे ने बुलद गिड़ी जाने ना बुलदा हक देना ना रिकॉर्ड ला देना इस तरह लाते रहे जमाने जो पहली बार TV चले आना वो भी बड़ी वही गल होनी है टीवी देखे नहीं कि जम सर के रेलगड्डी देख जाते हैं सके घरों भज के जाना तो वो देख के आने भी रेलगड्डी आ गई हूँ तो मशीनरी इन्नी हो गई बंदा लंघ नहीं सकता गा अच्छा स्पैशली रेलगड्डी देखने जाते हैं रेलगड्डी स्टेशन से जाते हैं भी रेलगड्डी आऊगी टाइम दस देंगे भी यह टाइम आऊगी 4-4 घंटे बैठे रहना रेलगड्डी डीकी जाना फिर उन्होंने देख के मुड़े आते होंगे सके अच्छा सिर्फ यही तो एंटरटेनमेंट होंगे भी रेलगड्डी देख ली जा रेलगड्डी देख के मुड़े आने उत्तों मुड़े आना देख के रेलगड्डी देख के जा रिकॉर्ड सुनने लग जाना बस आ काम सी बाबा जी मैं भी देख रहा तुम थले पंजाबी जूते पाई हुई है कुर्ता पजामा पाया गोगल्स भी बड़ी शानदार लेती हुई है मतलब तुम इदा ही अपना जो है कह सकते हैं भी जो पहराव है अपना इदा ही बना के रखते हो बस अं टाइम पास कर लेगा जी अभी पहले तो अं पाने की करिए पहला तो लीड़े इदा के पाने कुर्ता पजामा ही पाने दूजा ना तुरना नहीं आता गा पेंट ना तुरना ही नहीं आता गा सू खुले रहन किए कभी जिंदगी पेंट भी नहीं पा के नहीं जी पेंट नहीं कदम पाई सारी जिंदगी कुर्ते पजामे कुर्ता खुले डुले रहे खुले डुले ही रहे नीकर पाने जा बस बलैन कदम पाई नहीं झग्गी पाने साले जी अच्छा बलैन भी नहीं पानी आँगी वो भी वह भी फसे जे रहने कल बस ये ही रही झग्गी जी और कुछ दसो की गाने ने क्योंकि लोगों की दिलचस्पा जो है दिलचस्पी बहुत आ पुराने गाने कोई गाने बारे कुछ दसो लोगों को भी कि शुरुआत होंगी है कि लोगों जो तो क्रेज सगा कि सिंगर सब तो ज़्यादा फेमस है जिमें अजक हों ना भी एक सिंगर कहता मैं पहले नंबर पर दूजा कहता मैं पहले नंबर पर तुहाडे वेले किहड़े वड्डे वड्डे दिग्गज सी साडे वेले तो जी एक जमला जट हुंदा सीगा एक चांदी राम एक हरचरण गरेवाल एक नगेंद्र बीबा बस चार गायक ही सुन देंदे सीगे ये बड़े मशहूर से ब्याह शादियों आते होंगे सके उदू बाद फिर करमजीत धूरी उठ खड़िया सदीक उठ खड़िया तो एक रमेश रंगीला हों रंगीला जट रंगीला जट तो रंगीले जट तो एक रमेश रंगीला हों लुधियाने का एक परवाना हों परवाना भी गाँव रहा रिकॉर्ड भी लिखता रहा एक रैकूटी हों एक सिंगर पता नहीं मैनू भी शायद कितने मैं वीडियो देखी मेरे दिमाग च घूम रही है बड़ा झूम के गाँव होंगे शायद तुम भी पता नहीं कि साए नाल गाते होंगे आया जी चेता भुलिया है मैं तो अनपढ़ मैं इन्ना याद नहीं रहा गा ऊ मैं याद दसती हैगी भी फलाने फलाने गायक हुए ये पढ़ाई करूँगा मार खाना जो पढ़े होंगे तो फिर तो बड़ा पता लग जाता नहीं पढ़ाई तो की नहीं फिर जो पर्चिया जड़िया लिखी पर्चिया किसी तो लिखा ले दी जी हूँ दिल से चढ़े हुए मूँह जबानी चेते रिकॉर्ड आ चाबी अच्छा ओ, ओ जो पुराना कह सकते जो तवे चलते सी ओदे ते ही रिकॉर्ड भरते हाँ जी हाँ ओदे ते ही हाँ जी
ਤੇ ਕਾਫੀ ਲੋਕ ਘਰੇ ਵੀ ਆਂਦੇ ਹੋਣੇ ਆ ਵੀ ਐਂਟੀਕ ਪੀਸ ਦੇਖਣ ਬਾਰੋ ਬਾਰ ਕਹਿ ਸਕਦੇ ਆ ਵੀ ਬਾਹਰਲੇ ਦੇਸ਼ਾਂ ਤੋਂ ਵੀ ਆਂਦੇ ਹੋਣੇ ਤੇ ਬਾਹਰਲੇ ਦੇਸ਼ਾਂ ਜਾ ਆਇਆ ਮੈਂ ਜਦੋਂ ਵਿਆਹ ਤੇ ਲਾਉਣ ਜਾਣਾ ਉਦੋਂ ਮੂਵੀਆਂ ਮਾਵੀਆਂ ਬਣਾ ਲੈਂਦੇ ਆ ਕਹਿੰਦੇ ਬਾਬਾ ਲਾ ਦੇ ਰਿਕਾਰਡ ਤੇ ਉਦੋਂ ਮਤਲਬ ਬਣਾ ਲੈਂਦੇ ਆ ਅਨਮੈਲ ਨਮੂਨਾ ਬਣਾ ਲੈਂਦੇ ਆ ਕਈ ਉਹ ਜਿਵੇਂ ਹੁਣ ਤੁਸੀਂ ਆਏ ਆ ਛੋਲੇ ਵਾਂਗੂ ਉਹ ਬਣਾ ਲੈਂਦੇ ਆ ਇਸ ਤਰ੍ਹਾਂ ਬਣਾਉਂਦੇ ਆ ਧੰਨਵਾਦ ਜੀ ਬਾਬਾ ਜੀ ਬਹੁਤ ਬਹੁਤ ਸੋ ਇਹ ਪੁਰਾਣੇ ਗਾਣਿਆਂ ਦੇ ਸ਼ੌਕੀਨ ਬਾਬਾ ਜੀ ਨਾਲ ਅਸੀਂ ਗੱਲਬਾਤ ਕੀਤੀ ਹੈ ਇਹਨਾਂ ਦਾ ਇਹੀ ਕਹਿਣਾ ਵੀ ਜੋ ਇਹ ਗਾਣੇ ਭਰਦੇ ਆ ਅੱਜ ਘਰੇ ਇਹਨਾਂ ਦੇ ਉਹ ਮਸ਼ੀਨ ਵੀ ਪਈ ਹੋਈ ਆ ਜਿਸ ਦੇ ਉੱਤੇ ਤਵਾ ਜੋ ਹੈ ਚੱਲਦਾ ਹੁੰਦਾ ਸੀ ਪੁਰਾਣੇ ਰਿਕਾਰਡ ਪੱਥਰ ਦੇ ਰਿਕਾਰਡ ਜੋ ਚੱਲਦੇ ਹੁੰਦੇ ਸੀ ਉਹਦੇ ਨਾਲ ਹੀ ਪੈਨ ਡਰਾਈਵ ਲਗਾ ਕੇ ਭਰਦੇ ਨੇ ਸੋ ਇੱਕ ਵੱਡੀ ਟੈਕਨੋਲੋਜੀ ਇਹਨਾਂ ਦੇ ਘਰੇ ਵੀ ਪਈ ਹੋਈ ਹੈ ਪਰ ਇਹਨਾਂ ਦਾ ਕਹਿਣਾ ਸਾਨੂੰ ਮੈਨੂੰ ਜੋ ਹੈ ਕੰਪਿਊਟਰ ਵਗੈਰਾ ਨਹੀਂ ਚਲਾਉਣਾ ਆਉਂਦਾ ਤਾਂ ਵੀ ਮੈਂ ਸਮਾਨ ਭਰਦਾ ਹਾਂ ਅਤੇ ਇੱਕ ਪੈਨ ਡਰਾਈਵ ਭਰਨ ਨੂੰ ਮੈਨੂੰ ਅੱਠ ਤੋਂ ਲੈ ਕੇ 9 ਘੰਟੇ ਜੋ ਹੈ ਲੱਗ ਜਾਂਦੇ ਉਹ ਵੀ ਲਾਈਟ ਪ੍ਰੋਪਰ ਹੋਣਾ ਜ਼ਰੂਰੀ ਹੈ ਸੋ ਬਾਬਾ ਜੀ ਦੇ ਸ਼ੌਂਕ ਤੁਸੀਂ ਹੁਣ ਸੁਣ ਹੀ ਲਏ ਹੋਣਗੇ ਸੋ ਇਹ ਸੀਗੀ ਅੱਜ ਦੀ ਅਪਡੇਟਸ ਵਧੇਰੀ ਅਪਡੇਟਸ ਲਈ ਜੁੜੇ ਰਹੋ ਡੇਲੀ ਪੋਸਟ ਦੇ ਨਾਲ ਕੈਮਰਾਮੈਨ ਕਮਲ ਦੇ ਨਾਲ ਕੁਵਰਜੋਤ ਸਿੰਘ ਦੀ ਰਿਪੋਰਟ